ਇੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਹੈ। ਇਹ ਧਰਤੀ ਕਹਿੰਦੇ ਬਾਬਾ ਕਾਨ ਪੀਰ ਜੀ ਦੀ ਧਰਤੀ ਹੈ ਜਿੱਥੇ ਅੱਜ ਰੌਣਕਾਂ ਲੱਗੀਆਂ ਹੈ। ਚੱਲ ਵੀ ਹਰਦਾਸੇ ਵਾਲਿਆ ਪਾ ਵੀ ਨੌਜਵਾਨਾਂ ਕਬੱਡੀ ਖੇਡ ਮੈਦਾਨ ਵਿੱਚ ਕਿ ਪਾਉਂਦਾ ਇਹ ਕਬੱਡੀ ਯਾਰੋ ਨਾਲ ਵੀ ਜਨੂਨ ਦੇ ਰੱਜੀ ਆ ਕਬੱਡੀ ਯਾਰੋ ਜਿਹਦੇ ਵਿੱਚ ਖੂਨ ਦੇ ਕਿ ਰੱਜੀ ਆ ਕਬੱਡੀ ਯਾਰੋ ਜਿਹਦੇ ਵਿੱਚ ਖੂਨ ਦੇ ਕਿਉਂਕਿ ਪਿਤਾ ਨੇ ਕਬੱਡੀ ਬੜੀ ਤਕੜੀ ਖੇਡੀ ਹੈ। ਲਓ ਖੇਡ ਮੈਦਾਨ ਵਿੱਚ ਨੌਜਵਾਨ ਦੀ ਪਾਈ ਹੋਈ ਰੇਡ ਚਾਰ ਜਾਫੀਆਂ ਵਿੱਚੋਂ ਕੌਣ ਆ ਵੇਖੋ ਮੇਰੇ ਵੀਰਿਓ ਇਹ ਲੱਗਦਾ ਲੱਗਦਾ ਗੱਲ ਟਿਕਾਣੇ ਇਹ ਕੌਣ ਹੈ ਬੋੜਾ ਹੈ ਮੇਰੇ ਵੀਰਿਓ ਬੋੜਾ ਇੱਕ ਮਾਂ ਬੋੜ ਦੀ ਸ਼ਾਨ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਿਹੇ ਕੱਲਾ ਜਵਾਈ ਸਕੇ ਤੋਂ ਭਾਈ ਵੱਡੀ ਭਰਜਾਈ ਸਾਰੇ ਇੱਕੋ ਜਿਹੇ ਇੱਕ ਮਾਂ ਬੋੜ ਦੀ ਸ਼ਾਨ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਿਹੇ ਇਹ ਹੈ ਨੌਜਵਾਨ ਅਮਨ ਦੇ ਨਾਲ ਵੀਰਾਂ ਵਾਲਾ ਪਿਆਰ ਕਬੱਡੀ ਦੇ ਖੇਡ ਮੈਦਾਨ ਵਿੱਚ ਮੱਲਣ ਵਾਲਾ ਆਹ ਵੇਖੋ ਕਮਾਲ ਹੋ ਗਈ ਮੇਰੇ ਵੀਰੋ ਕਿ ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ ਕਿ ਨਖਰੇ ਨਹੀਂ ਲੱਭਦੇ ਮਸ਼ੂਕ ਵਰਗੇ ਮਾਪਿਆਂ ਦੀ ਛਾਂ ਹੁੰਦੀ ਬੋੜ ਵਰਗੀ ਤੇ ਯਾਰ ਹੁੰਦੇ ਮੋਢੇ ਟੰਗੀ ਬਦੂਖ ਵਰਗੇ ਲੈ ਵੀ ਦਬੜੀ ਖਾਨੇ ਵਾਲਿਆ ਗੋਰੇ ਦੀ ਪਾਈਫ ਕਬੱਡੀ ਦੀ ਕਰਗਲ ਨੌਜਵਾਨਾਂ ਚੋਲਾ ਸਾਹਿਬ ਤੇ ਮੇਰਾ ਸੱਦਾ ਕੋਠੇ ਭਗਤੇ ਨੂੰ ਹੈ ਉਹ ਟੀਮਾਂ ਜਿਹੜੀਆਂ ਤਿਆਰੀ ਕਰਕੇ ਖੇਡ ਮੈਦਾਨ ਦੇ ਵੱਲ ਪੁੱਜਿਆ ਜਲਦੀ ਦੇ ਨਾਲ ਮੇਰੀ ਵੀਰੋ ਦੋਨੇ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵੱਲ ਵਿਹੀਰਾ ਧੱਕ ਲੈਣ ਲਓ ਖੇਡ ਮੈਦਾਨ ਵਿੱਚ ਦੇਖ ਲਾ ਵੀ ਪੰਜ ਗਰੀ ਪਿੰਡ ਇਸ ਨੌਜਵਾਨ ਧਾਵੀ ਦਾ ਕਹਿੰਦੇ ਮੇਰੀ ਵੀਰੋ ਸਰਦਾਰ ਕੌਰ ਸਿੰਘ ਜੀ ਮਚਾਕੀ ਵਾਲਿਆਂ ਦਾ ਭਾਣ ਜਾਂ ਕਬੱਡੀ ਪਾ ਰਿਹਾ ਮਾੜਾ ਮਾਣ ਮਹਿਸੂਸ ਕਰਦੇ ਨੇ ਸਰਦਾਰ ਕੌਰ ਸਿੰਘ ਜੀ ਜਿਹਨਾਂ ਨੇ ਖੁਦ ਵੀ ਚੰਗੀ ਕਬੱਡੀ ਖੇਡੀ ਹੈ ਔਰ ਆਪਣੇ ਭਾਣਜੇ ਦੇ ਲਈ ਵੀ ਵੱਡੇ ਮਾਣ ਸਨਮਾਨ ਕਰਦੇ ਕਦੇ ਦੇਸੀ ਘਿਓ ਦੇ ਪੀਪਿਆਂ ਦੇ ਨਾਲ ਕਦੇ ਬਦਾਮਾਂ ਦੇ ਨਾਲ ਆਪਣੇ ਭਾਣਜੇ ਨੂੰ ਮੇਰੀ ਵੀਰੋ ਖਾਦ ਖੁਰਾਕ ਦਾ ਜਿਹੜਾ ਪ੍ਰਬੰਧ ਕੀਤਾ ਉਧਰ ਕੌਰ ਸਿੰਘ ਜੀ ਮਜਾਕੀ ਵਾਲੇ ਆ ਦਾ ਭਾਣਜਾ ਡੱਕਿਆ ਗਿਆ ਲਓ ਪੁਆਇੰਟ ਇਸ ਲਈ ਜਾਫੀ ਦਾ ਅਮਨ ਨੌਜਵਾਨ ਕਹਿੰਦੇ ਵੀ ਖੋਸਾ ਰਣਧੀਰ ਪਿੰਡ ਵਾਲਾ ਵੱਲ ਕਬੱਡੀ ਪਾਉਣਾ ਹੋਇਆ ਕਿ ਵੱਜਣ ਤਾੜੀਆਂ ਜਦੋਂ ਵੀ ਜੀਤੀ ਜੱਫਾ ਲਾਉਣਾ ਏ ਮਾਰ ਕੇ ਥਾਪੀ ਸੁਰਖਪੁਰੀਆਂ ਨੰਬਰ ਲਿਆਉਂਦਾ ਏ ਖੜ ਖੜ ਲੋਕੀ ਗੱਲਾਂ ਕਰਦੇ ਨੇ ਬਿੱਟੂ ਗੁਰਲਾਲ ਦੀਆਂ ਕਿ ਵਿੱਚ ਵਿਦੇਸ਼ਾਂ ਧੁੰਮਾਂ ਪਈਆਂ ਨੇ ਗੁਰਲਾਲ ਦੀਆਂ ਬੜਾ ਪਿਆਰ ਦਿੰਦੇ ਲੋਕੀ ਅੱਜ ਵੀ ਜੋ ਬਣਿਆ ਦੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਇਧਰਲੇ ਪਾਸੇ ਨੌਜਵਾਨ ਹਰਮਨ ਨਹੀਂ ਜੱਫਾ ਲਾ ਸਕਿਆ ਮੇਰੀ ਵੀਰੋ ਔਰ ਪੁਆਇੰਟ ਧਾਵੀ ਦਾ ਮੈਚ ਦੀ ਸਮਾਪਤੀ ਖੋਸਾ ਰਣਧੀਰ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ ਖੋਸਾ ਰਣਧੀਰ ਇਸ ਮੁਕਾਬਲੇ 11:30 ਗਿਆਰਾਂ ਤੇ 11:30 ਨਾਲ ਖੋਸਾ ਰਣਧੀਰ ਜੇਤੂ ਰਹੀ ਹੈ ਖੋਸਾ ਰਣਧੀਰ ਦਾ ਜਿਹੜਾ ਮੈਚ ਹਿੰਮਤਪੁਰੇ ਨਾਲ ਹੋਣਾ ਜੀ ਖੋਸੇ ਦਾ ਮੈਚ ਨੋਟ ਕਰ ਲਓ ਜੀ ਖੋਸਾ ਰਣਧੀਰ ਵਾਲਿਓ ਤੁਹਾਡਾ ਜਿਹੜਾ ਮੈਚ ਹੈ ਹਿੰਮਤਪੁਰੇ ਨਾਲ ਹੋਣਾ ਅਹਿਮਦਗੜ੍ਹ ਤੇ ਲੰਡੇ ਕੋਟਸੁਕੀਆ ਤੇ ਦੋਦਾ ਆਓ ਜੀ ਚੋਲਾ ਸਾਹਿਬ ਤੇ ਭਗਤਾ ਜੀ ਚੋਲਾ ਸਾਹਿਬ ਪਾਸੇ ਕਹਿੰਦੇ ਮੇਰੀ ਵੀਰੋ ਵੱਡੇ ਮਾਨ ਸਨਮਾਨ ਜਿਹੜੇ ਪੰਜ ਗਰਾਈਆਂ ਵਾਲੇ ਗੋਰੇ ਦੇ ਹੋ ਰਹੇ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸੁਖਦੇਵ ਸਿੰਘ ਜੀ ਵੱਡਾ ਮਾਨ ਸਨਮਾਨ ਦੇ ਰਹੇ ਨੇ ਗੋਰੇ ਪੰਜ ਗਰਾਈ ਦੇ ਲਈ ਮੇਰੀ ਵੀਰੋ ਅੱਜ ਜਿਹੜਾ ਇਹ ਸਤਿਕਾਰ ਦਿੱਤਾ ਜਾ ਰਿਹਾ ਵੱਡਾ ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰਾਂ ਦਾ ਸਮੁੱਚੀ ਬਾਬਾ ਕਾਨ ਪੀਰ ਟੂਰਨਾਮੈਂਟ ਕਮੇਟੀ ਦਾ ਵੱਡਾ ਧੰਨਵਾਦ ਕਰੀਏ ਜਿਨ੍ਹਾਂ ਨੇ ਹਰ ਇੱਕ ਖਿਡਾਰੀ ਦਾ ਮਾਨ ਸਨਮਾਨ ਕੀਤਾ ਔਰ ਹਰ ਇੱਕ ਖਿਡਾਰੀ ਨੂੰ ਵਧੀਆ ਕਿਰਾਇਆ ਦੇ ਕੇ ਹਰ ਟੀਮ ਨੂੰ ਜਿਹੜਾ ਮੇਰੀ ਵੀਰੋ ਨਵਾਜਿਆ ਸੋ ਵੱਡਾ ਧੰਨਵਾਦ ਹੈ ਸੋ ਵਾਕਈ ਬੂਟੇ ਨੇ ਗੱਲ ਜਿਹੜੀ ਸਹੀ ਕਹੀ ਹੈ ਮੇਰੀ ਵੀਰੋ ਦੁਆਬੇ ਦੇ ਵਿੱਚ ਤਾਂ ਲੋਕ ਪਿੰਡ ਦਾ ਰਾਹ ਨਹੀਂ ਦੱਸਦੇ ਕਿਰਾਇਆ ਕਿੱਥੋਂ ਦੇਣਾ ਜੇ ਆਪਾਂ ਦੁਆਬੇ ਦੇ ਵਿੱਚ ਕਿਸੇ ਪਿੰਡ ਦਾ ਮੇਰੀ ਵੀਰੋ ਰਸਤਾ ਪੁੱਛਣਾ ਹੋਵੇ ਜਾਂ ਪੁੱਛਣਾ ਵੀ ਆਹ ਪਿੰਡ ਕਿੱਥੇ ਜੇ ਰਹਿ ਜਾਂਦਾ ਲੋਕ ਇੰਨੇ ਕੁ ਜਿਹੜੇ ਮੇਰੀ ਵੀਰੋ ਮਤਲਬ ਹੀ ਹੈ ਕਿਸੇ ਪਿੰਡ ਦਾ ਜਿਹੜਾ ਨਾਂ ਨਹੀਂ ਦੱਸਦੇ ਵੀ ਆਹ ਪਿੰਡ ਇੱਥੇ ਸਥਿਤ ਹੈ ਮੈਂ ਕਿਹਾ ਤੁਸੀਂ ਮਾਲਵੇ 'ਚ ਆਇਓ ਮਾਲਵੇ ਦੇ ਕਿਸੇ ਦੇਸੀ ਜੇ ਬੰਦੇ ਨੂੰ ਪੁੱਛ ਲਓ 100 ਕਿਲੋਮੀਟਰ ਦੀ ਰੇਂਜ ਤੱਕ ਤੁਹਾਨੂੰ ਨਕਸ਼ਾ ਬਣਾ ਕੇ ਦੇ ਦੇਣਗੇ ਮਾਲਵੇ ਵਾਲੇ ਵੀ ਇੱਥੋਂ ਇੰਨੇ ਮੋੜ ਪੈ ਕੇ 99 ਮੋੜ ਤੇ 99 ਘਰ ਫਲਾਨਿਆਂ ਦਾ ਇਹ ਮਾਲਵੇ ਦੀ ਜਿਹੜੀ ਮੇਰੀ ਵੀਰੋ ਜਿਹੜੀ ਮਹਿਮਾਨ ਨਵਾਜੀ ਹੈ ਮਾਲਵੇ ਦੇ ਨਾਂ ਦੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੀ ਵੀਰੋ ਕਿਉਂਕਿ ਮਾਲਵੇ ਵਾਲਿਆਂ ਦੇ ਜਿਹੜੇ ਦਿਲ ਆ ਨਾ ਇਹ ਪ੍ਰਮਾਤਮਾ ਨੇ ਇੱਕ ਸਿਰਫ ਮਾਲਵੇ ਨੂੰ ਬਖਸ਼ਿਆ ਮੇਰੇ ਵੀਰੋ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਇੱਥੇ ਮੇਲੇ ਛਿੰਝਾਂ ਦੀ ਯਾਰੋ ਰੀਤ ਪ੍ਰਾਣੀ ਹੈ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਅੱਜ ਮਾਨ ਸਨਮਾਨ ਕਬੱਡੀ ਦੇ ਗਰਾਊਂਡ ਵਿੱਚ ਹੈ ਉਧਰਲੇ ਬੰਨੇ ਆਪਾਂ ਤੱਕਾਂਗੇ ਵੀ ਚੋਲਾ ਸਾਹਿਬ ਦੀ ਜਿਹੜੀ ਟੀਮ ਹੈ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਚਰਨ ਮੁਬਾਰਕ ਧਰਤੀ ਹੈ ਕੈਨੇਡਾ ਦੇ ਸੀਜ਼ਨ ਦਾ ਬੈਸਟ ਦੇ ਜਾਫੀ ਲੈ ਵੀ ਅਰਸ਼ ਚੋਲੇ ਵਾਲਿਆ ਇੱਕ ਵਾਰੀ ਹੱਥ ਖੜੇ ਕਰਦੇ ਨੌਜਵਾਨਾਂ ਸੁਖਮਨ ਦੀ ਦੁਨੀਆ ਦੀਵਾਨੀ ਹੈ ਇਹ ਨੌਜਵਾਨ ਉਹਦਾ ਵੀਰ ਹੈ ਉਧਰਲੇ ਬੰਨੇ ਹੈਪੀ ਚੋਲਾ ਸਾਹਿਬ ਦਾ ਇਸ ਸੀਜ਼ਨ ਅਮਨੇ ਦਬੜੀ ਖਾਨੇ ਵਾਲਿਆ ਹੈ ਸਭ ਤੋਂ ਲੇਟ ਜਿਹੜਾ ਕੈਨੇਡਾ ਦਾ ਵੀਜ਼ਾ ਕਿਹਨੂੰ ਮਿਲਿਆ ਲੈ ਵੀ ਇੱਕ ਵਾਰੀ ਗੁਰਲਾਲ ਹੱਥ ਖੜਾ ਕਰਦੇ ਨੌਜਵਾਨ
आ कहिंदे झबाल दे लागे पिंड है नौजवान दा सोल सोल दा कहिंदे गुरलाल दुनिया दा मशहूर एक बन्ने भगत दी टीम ते दूसरे बन्ने चोला साहब चार जाफी कबड्डी दे ग्राउंड विच माझे दे मयाल राणी बंज वर्गे कृपाले साध वर्गे महेंद्र मम्मणगिया वर्गे योते सवरा वर्गे आ देखो खेड मैदान विच आ खिडारी कहिंदे पहला पहलवानी करदा रिहा है हुण कबड्डी वाल आया है आ देखो मेरे बाजू चोला साहब की धरती का ला जफा अपनी टीम दे से चल भी ना जाना है जिन्हें पंजाब दे बाड़ दे सब तो टॉप दे सिंगर आ जिहड़े मेरे वीरियो वो कहिंदे आ मंडे दे पिंड आए साल गाउणे आ भावें गुरदास मान भावें मिस पूजा भावें होर दुनिया के मन्ने परमन्ने जिहड़े सिंगर है वह कहिंदे सोल पिंड आउंदे है ला हर जा पासे ना जाना है वो चल मैं कद हरवे बाबला हरवे मेरा माझे साकना करवे ਉਥੋਂ ਦੇ ਜੱਟ ਬੁਰੇ ਸੁਣੀਂਦੇ ਉਠਾਂ ਨੂੰ ਪਾਉਂਦੇ ਖੜਵੇ ਅੱਧੀ ਰਾਤ ਨੂੰ ਉਠਲ ਦਿੰਦੇ ਮੈਨੂੰ ਕੱਲੀ ਨੂੰ ਆਉਂਦਾ ਡਰਵੇ ਥੋੜਾ ਕਮਲਾ ਟੋਲਾ ਮੈਨੂੰ ਕਮਲੀ ਦੇਊਗਾ ਕਰਵੇ ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਕਰਵੇ ਇਹ ਲੋਕ ਬੋਲੀਆਂ ਵਿੱਚ ਮਾਝੇ ਦਾ ਨਾਮ ਜਿੱਥੇ ਗੁਰੂਆਂ ਦੀ ਧਰਤੀ ਹੈ ਜਿੱਥੇ ਛੇਵੇਂ ਪਾਤਸ਼ਾਹ ਨੇ ਜਨਮ ਲਿਆ ਹੈ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਪੈਦਾ ਹੋਏ ਹੈ ਜਿਸ ਧਰਤੀ ਦੇ ਭਾਈ ਤਾਰੂ ਸਿੰਘ ਵਰਗੇ ਪੈਦਾ ਹੋਏ ਹੈ ਲੈ ਚੋਲਾ ਸਾਹਿਬ ਦੀ ਧਰਤੀ ਦਾ ਨੌਜਵਾਨ ਕਾਕਾ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਲੈ ਵੀ ਦਵੜੀ ਖਾਨੇ ਵਾਲਿਆ ਕਰ ਇਸ ਮੁੰਡੇ ਦੀ ਸਿਰਤ ਖੇਡ ਮੈਦਾਨ ਕੀ ਕਹਿੰਦੇ ਮੇਰੀ ਉਹ ਮਾਝੇ ਦੀ ਧਰਤੀ ਨੇ ਬੜੇ ਜਾਬਾਲ ਖਿਡਾਰੀ ਪੈਦਾ ਕੀਤੇ ਭਾਵੇਂ ਰਾਣੇ ਬੰਝ ਦੀ ਗੱਲ ਹੋਵੇ ਜਾਂ ਫਿਰ ਮੇਰੀ ਅਰਸ਼ ਚੋਲੇ ਉਹਨਾਂ ਦੀ ਤਾਬੇ ਹੋਣਾ ਦੀ ਗੱਲ ਹੋਵੇ ਜਾਂ ਫਿਰ ਮੇਰੀ ਵੀਰੋ ਸੁਖਮਣ ਦੀਆਂ ਗੱਲਾਂ ਗੋਪੀ ਫਰੰਦੀਪੁਰੀਏ ਦੀਆਂ ਗੱਲਾਂ ਇਹਨਾਂ ਖੇਡ ਗਰਾਊਂਡਾਂ ਵਿੱਚ ਹੋਈਆਂ ਦੁਨੀਆ ਮਨਾਈ ਹੈ ਮਾਝੇ ਦੇ ਮਝੈਲਾਂ ਨੇ ਲਾ ਖੇਡ ਮੈਦਾਨ ਵਿੱਚ ਦੇਖ ਲੈ ਵੀ ਇੱਕ ਪਾਸੇ ਵੱਧ ਕੇ ਕਬੱਡੀ ਜਿਹੜੀ ਪਾ ਦਿੱਤੀ ਹੈ ਮਾਝੇ ਦੇ ਵਿੱਚ ਕਹਿੰਦੇ ਰਾਣੇ ਬੰਝ ਨੂੰ ਮੇਰੀ ਵੀਰੋ ਹਰ ਕਬੱਡੀ ਖੇਡ ਮੇਲੇ ਉੱਤੇ ਜਿਹੜੇ ਮਾਨ ਸਨਮਾਨ ਦਿੱਤੇ ਜਾਂਦੇ ਹੈ ਉਧਰਲੇ ਪਾਸੇ ਅਰਸ਼ ਚੋਲਾ ਸਾਹਿਬ ਦੀ ਧਰਤੀ ਨਾਲ ਮੇਰੀ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਕੈਨੇਡਾ ਦੀ ਧਰਤੀ ਦੇ ਵੀ ਬੱਲੇ ਬੱਲੇ ਕਰਵਾਈ ਹੈ ਦੇਖ ਲੈ ਵੀ ਪੁਆਇੰਟ ਜਿਹੜਾ ਧਾਵੀ ਦਾ ਹੈ ਕੌਰ ਸਿੰਘ ਜੀ ਇਸ਼ਾਰਾ ਕਰ ਰਹੇ ਵੀ ਪੁਆਇੰਟ ਜਿਹੜਾ ਧਾਵੀ ਦਾ ਹੈ ਸ਼ਾਇਦ ਡਬਲ ਟੱਚ ਦਾ ਇਸ਼ਾਰਾ ਹੋਵੇਗਾ ਲਓ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਵਿੱਚ ਜਾ ਜੁੜਿਆ ਬੰਟੀ ਸ਼ਰਮਾ ਜੀ ਆਖਦੇ ਹੈ ਵੀ ਅਗਲੇ ਸਾਲ ਦੇ ਕਬੱਡੀ ਖੇਡ ਮੇਲੇ ਦੇ ਲਈ ਸਵਰਗਵਾਸੀ ਗੁਰਮੇਲ ਸਿੰਘ ਜੀ ਗੇਲੂ ਦੇ ਪਰਿਵਾਰ ਵੱਲੋਂ ਮੇਰੀ ਵੀਰੋ ਸਾਡੇ ਬਹੁਤ ਹੀ ਸਤਿਕਾਰਯੋਗ ਗੇਲੂ ਦੇ ਪਰਿਵਾਰ ਵੱਲੋਂ 4100 ਰੁਪਏ ਦਾ ਵੱਡਾ ਯੋਗਦਾਨ ਅਗਲੀਆਂ ਖੇਡਾਂ ਦੇ ਲਈ ਹੋਵੇਗਾ ਵੱਡਾ ਧੰਨਵਾਦ ਹੈ ਉਧਰਲੇ ਦੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਵੀਰ ਹੈ ਗੁਰਮੇਲ ਸਿੰਘ ਜੀ ਗੇਲੂ ਦੇ ਪਰਿਵਾਰ ਵੱਲੋਂ ਮੇਰੀ ਵੀਰ ਅਗਲੇ ਸਾਲ ਦੇ ਕਬੱਡੀ ਖੇਡ ਮੇਲੇ ਲਈ 4800 ਰੁਪਇਆ ਹੋਵੇਗਾ ਵੱਡੇ ਮਾਨ ਸਨਮਾਨ ਲਓ ਨਾਲ ਹੀ ਅਰਸ਼ ਚੋਲੇ ਵਾਲੇ ਦਾ ਕਹਿੰਦੇ ਮਾਨ ਸਨਮਾਨ ਹੋਣਾ ਮੇਰੇ ਵੀਰਿਓ ਇਹ ਹੈ ਕਾਕਾ ਨਾਲ ਜੱਸਾ ਚੋਲਾ ਸਾਹਿਬ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਵਿੱਚ ਆ ਵੀ ਕਾਕੇ ਪਾ ਕਬੱਡੀ ਕਿ ਧੰਨ ਬਾਬਾ ਦੀਪ ਸਿੰਘ ਜੀ 18 ਕਿਲੋ ਦਾ ਖੰਡਾ ਜੀ ਨੇ ਖੜਕਾਇਆ ਉਹ ਸੀ ਤੜੋ ਵੱਖ ਹੋ ਗਿਆ ਚੱਕ ਸੂਰਮੇ ਨੇ ਤਲੀ ਤੇ ਟਕਾਇਆ ਵੇ ਹਾਹਾਕਾਰ ਮੱਚ ਗਈ ਵੈਰੀ ਕੰਮ ਕੇ ਦਹਾਈਆਂ ਪਾਉਂਦੇ ਸਿੰਘਾਂ ਨੂੰ ਨਾ ਜਾਣਾ ਦਿੱਤਿਆ ਇਹ ਤਾਂ ਮਰੇ ਹੋਏ ਹੋ ਜਾਣ ਜਿਉਂਦੇ ਯੋਧਿਆ ਲੰਘੇ ਆਣੀਆਂ ਭੱਜੇ ਦੁਸ਼ਮਣ ਮੋਹਦੀ ਖਾ ਕੇ ਸਿਦਕ ਨਿਭਾਇਆ ਸੂਰਮੇ ਮੱਥਾ ਟੇਕਿਆ ਅੰਮ੍ਰਿਤਸਰ ਜਾ ਕੇ ਇੱਕ ਬੰਨੇ ਕਾਕਾ ਚੋਲਾ ਸਾਹਿਬ ਦੂਸਰੇ ਬੰਨੇ ਰਾਈਆਂ ਵਾਲਾ ਪਿੰਡ ਹੈ ਕੱਦੀ ਦਾ ਰਾਈਆਂ ਵਾਲਾ ਬਿਰਗ ਜੇ ਆਪਣਾ ਬਣਾਉਣਾ ਨਹੀਂ ਪਊਗਾ ਬਜ਼ੁਰਗਾਂ ਦੇ ਪੈਰੀ ਹੱਥ ਲਾਉਣਾ ਨਹੀਂ ਹਰਮੇਲ ਕਹਿੰਦੇ ਪਾਕਿਸਤਾਨ ਦੀ ਧਰਤੀ ਤੇ ਕਬੱਡੀ ਖੇਡ ਕੇ ਆਇਆ ਹੈ ਲਾ ਸੋਨੇ ਦੀ ਪਾਈ ਹੋਈ ਰੇੜ ਉਧਰਲੇ ਬੰਨੇ ਚਾਰ ਜਾਫੀ ਹੈ ਕਿਤੇ ਮੈਂ ਵੀ ਪਾਕਿਸਤਾਨੀ ਆਵਾਂ ਦਰਸ਼ਨ ਕਰੇ ਆਵਾਂ ਨਨਕਾਣੇ ਦਰਬਾਰ ਦੇ ਜੀ ਰੱਜ ਰੱਜ ਕੇ ਸ਼ਹਿਰ ਲਾਹੌਰ ਦੇਖਾਂ ਘੁੰਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸਜਦਾ ਬੁੱਲਾਂ ਨੱਚਿਆ ਮੋਹਰੇ ਯਾਰ ਦੇ ਜੀ ਜਾ ਕੇ ਹੀਰ ਦਾ ਝੰਜ ਸਿਆਲ ਵੇਖਾਂ ਜਿੱਥੇ ਰਾਂਝੇ ਮੱਝਾਂ ਚਾਰ ਦੇ ਜੀ ਰੱਬ ਕਰਕੇ ਖੁੱਲ ਜਾਵੇ ਵਾਗੇ ਦੀ ਸਰਦ ਰੱਬਾ ਹੈਪੀ ਕਨਿਆਣੇ ਜੇ ਇਹੋ ਪਕਾਰ ਦੇ ਜੀ ਗੁਰਲਾਲ ਸੋਲ ਦੀ ਪਾਈ ਹੋਈ ਕਬੱਡੀ ਇੱਕ ਘਨੌਰ ਦਾ ਮਸ਼ਹੂਰ ਹੋਇਆ ਜਿਹਦਾ ਜੱਦੀ ਪਿੰਡ ਮਾੜੂ ਤੇ ਉਹਨੇ ਘਨੌਰ ਮਸ਼ਹੂਰ ਕੀਤਾ ਹੈ ਜਿਹਦੇ ਪੱਟ ਦੁਨੀਆ ਤਗੜੇ ਹੈ ਕਾਲੋਂ ਕਹਿੰਦੇ ਕੋਟ ਬੋਰਡ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਹਰ ਰਾਏਪੁਰ ਤੇ ਸ਼ੂਸ਼ਕ ਕੋਟ ਸੁਗੀਆ ਤੇ ਦੋਦਾ ਲੰਡੇ ਤੇ ਇੰਦਗੜ੍ਹ ਨਾਲ ਹੀ ਮੇਰੀ ਬੇਨਤੀ ਹੋਊਗੀ ਜਿਹੜੀ ਟੀਮ ਇਸ ਮੈਚ ਦੇ ਵਿੱਚੋਂ ਜਿੱਤੂਗੀ ਉਹ ਸਰਾਵਾਂ ਨਾਲ ਖੇਡੂਗੀ ਹਿੰਮਤਪੁਰਾ ਤੇ ਖੋਸਾ ਰਣਧੀਰ ਇਹ ਵੀ ਟੀਮਾਂ ਤਿਆਰੀ ਕਰ ਲੈਣ ਅਗਲੇ ਮੈਚ ਲਈ ਕਾਲੋਂ ਕਿਤੇ ਕੋਟਪੁਰ ਦੀ ਟੀਮ ਪੁੱਜ ਜਾਵੇ ਲੈ ਵੀ ਅਮਨੇ ਹੈ ਕਰ ਸਿਫਤ ਨੌਜਵਾਨਾਂ ਖੇਡ ਮੈਦਾਨ ਵੀ ਸ਼ਮਿੰਦਰ ਭਗਤੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਕਰਮਜੀਤ ਪੁਰੀ ਪ੍ਰਸਿੱਧ ਗੀਤਕਾਰ ਹੈ ਲਓ ਦੇਖ ਲੈ ਵੀ ਇਸ ਵੇਲੇ ਕਰਮਜੀਤ ਪੁਰੀ ਦਾ ਪੇਂਡੂ ਮੇਰੀ ਵੀਰੋ ਕਿ ਭਾਈ ਬਹਿਲੋ ਸਭ ਤੋਂ ਪਹਿਲੋ ਜੇ ਧਾਰਮਿਕ ਪੱਖ ਤੋਂ ਗੱਲ ਕਰੀਏ ਤੇ ਮੇਰੀ ਵੀਰੋ ਭਾਈ ਬਹਿਲੋ ਦੀ ਬੜੀ ਮਾਨਤਾ ਹੈ ਭਗਤੇ ਭਾਈ ਪਿੰਡ ਦੇ ਵਿੱਚ ਜਿੱਥੇ ਭੂਤਾਂ ਵਾਲਾ ਖੂਹ
अज भी मशहूर है कि है फकर की कृपा पिंड भगते भाई वाले से कि पुत बगाना लै जाता है खिच के पाले से मार सोने कैंची रेडर सुखा जाए ना करमजीत पुरी दिया भी गल्ला इन्हां खेड ग्राउंडां दे विच होईआं है। पंजाब भर के बहुत सारे कहिंदे भी राइटर होए आ मेरी भी उन्होंने विच एक नाम है करमजीत पुरी का लाओ खेड मैदान विच देखना भी इस वेले पाई हुई कबड्डी उधर अमृतपाल कनेडा वाला जिथे मेरी भी सुखप्रीत गिल दे कमेटी मैंबर की जिंदगी दे परम मित्र ने वह भी अज के इस कबड्डी खेड मेले न जुड़े हुए हैं। आखते भी कुत्तियां दीआं दौड़ां दा पहला इनाम इन्हां वल्लों अगले साल दिता जाऊगा साढ़े बहुत ही सत्कार दे योग अमृतपाल सिंह जी कनेडा सुखप्रीत सिंह जी गिल कमेटी मैंबर दे जो मेरी भीर परम मित्र ने साढ़े वीर अमृतपाल सिंह जी कनेडा वाले उन्हां वालों अगले साल कुत्तियां दीआं दौड़ां दा पहला इनाम जिहड़ा दिता जाना है असीं वड्डा धन्नवाद करांगे। कबर साउंड नूं मेरी बेनती भी थोड़े स्पीकर जिहड़े चैक कर लैण मेरे ख्याल जी स्पीकर जिहड़े बंद हो गए हैं कृपा करके गब्बर लैट साउंड पतंदरा इत्थों आवाज़ बंद करी खड़ा है थोड़ा चैक कर ला जिते सारा दिन बड़ा वधिया चलिया है थोड़ा ध्यान कर गब्बर मेरे वीर लाओ कबड्डी दे ग्राउंड विच रैया वाले का कद्दी आ मुंडे का इस सीजन कनेडा का सब तो लेट वीजा मिले है ये नौजवान मैं दसा खेड प्रेमियो छे महीनों में मुंडा कबड्डी का स्टार बनया है ये नौजवान ने लै भी दबड़ी खाने वाले 14 के साल मार्च महीने कबड्डी खेडनी शुरू की तो फिर बल्ले बल्ले करवा गया कनेडा दे रेशम चंबे वाला मखण संधो कैरों की धरती से आल ओपन के मैच होए 1 तरीक न ते आल ओपन दे मैच होए 1 तरीक नूं बलेर खानपुर यह नौजवान कैरों के कबड्डी कप का बैट रेडर रहा है। और एक होर दस दी है खेड प्रेमियों नूं माल विच तिना प्लेयरों से पाबंदी लगी है पर जिन्ने कहिंदे कपूरथला ते माझे सारे आल ओपन दे मैच हुंदे है कल्ली पाबंदी लगती है तो खिडारियों से वो मालवे लगती है लग खेड मैदान देखो नौजवान की पाई हुई कबड्डी काका चोला साहब का कारो के नाल मेरी बेनती है करोड़ करोड़ की जी टीम खेड मैदान पुजे वाकई कहते तीन क प्लेयर से मेरी भी पाबंदी लाई है फैडरेशन ने पर मैं फैडरेशन से यह भी पूछना चाहूंगा कि फैडरेशन वाले खिडारियों की देंगे है खिडारी मैच खेलता मेरी भी अकैडमी का फिर कित जाके इनाम जितता है फिर कित जाके हिस्सा मिलता बिचों जे फैडरेशन बैन कर दी है खिडारी तो खिडारी दिया जीरो तो लैके हाई लैवल तक प्रॉब्लम्स जिहड़ी वह भी सॉल्व करे स्वाद कल्ले रूल बनाउण दा गल नहीं बनी आ पिंडां वाले ज्यौंदे रहण आ कमेटियां ज्यौंदियां रहण जिहड़े मेले करा रहे हैं खिडारियों के घर तुर रहे हैं। सो मेरी बेनती है फैडरेशन के ऑर्गेनाइजरां नूं कि कबड्डी खिडारियों के घरां दे विच जाके भी देखो भी ये किन्ना हालातों के विचों पैदा हुंदे है अज तक कोई भी अकैडमी का कोच बांह खड़ी करके कर दे कह दे कि मैं कोई खिडारी जीरो लैवल तो चक के जिहड़ा तैयार किया आ पिंडां वाले टूरनामेंट कराउंदे आ इन्हां ग्राउंडां चों खिडारी जिहड़ा मेरी भीरो जिहड़ा चंगा खेडदा उहदे ते कोई कोच हत्थ रख लैंदा भी तूं मेरे वल्लों खेड तूं मेरे वल्लों खेड खिडारी असल तुसीं तैयार करदे हो पिंडां वालिओ किसे कोच ने कोई खिडारी अज तक अकैडमी वाले ने नहीं तैयार किया वो तो तैयार खिडारी नूं अपने गुलाम बनाउंदे आ। मैं वे बहुत खिडारियों नाल गल शेयर करदा हुंना भी जिवें दुआबे दे विच आल ओपन दीआं टीमां बणदीआं हैं ते मालवे वाले तुहानूं की सप्प सुंघिआ तुसीं भी जिहड़ियां आल ओपन दीआं टीमां बनाओ गुलाम ना बनो अपने मालक आप बनो डेली घरे पैसा लेके जाओ जिवें दुआबे दे विच मेरी वीरो 15-15 हज़ार पार्टीसपेट दिता जांदा 20-20 हज़ार रुपया जिहड़ा पार्टीसपेट दिता जांदा है आल ओपन दीआं टीमां नूं। इस तरह तुसीं भी जे एक एजेंडे थले इकट्ठे हो जाओ सारे खिडारी मालवे दे थोनू किसे फैडरेशन की लोड़ नहीं थोनू किसे अकैडमी की लोड़ नहीं अपनी खेड आप खेडो खेड थोड़ी है ते घर जिहड़े कोचां दे चल रहे इस खेड तो जो लखां करोड़ां रुपया फैडरेशन कोले पिया खिडारियों नूं कदे कुछ नहीं मिलिया फैडरेशन तो जे कप खेडदे आ खिडारी
ਤਾਂ ਕੱਪ 'ਚ ਹਿੱਸਾ ਆਉਂਦਾ 4-5 ਹਜ਼ਾਰ ਰੁਪਈਆ ਅਤੇ ਅੱਜ ਪੇਂਡੂ ਮੈਚ ਖੇਡਦਾ ਇੱਕ ਚੰਗਾ ਖਿਡਾਰੀ ਤਾਂ 15-20 ਹਜ਼ਾਰ ਰੁਪਈਆ ਨਾਲ ਮੋਟਰਸਾਈਕਲ ਜਾਂ ਟਰੈਕਟਰ ਲੈ ਕੇ ਘਰੋਂ ਘਰੀ ਜਾਂਦੇ ਹੈ। ਫੈਡਰੇਸ਼ਨ ਤੋਂ ਮੇਰਾ ਇਹ ਸਵਾਲ ਆ ਫੈਡਰੇਸ਼ਨ ਨੂੰ ਕਿ ਮੇਰੀ ਇਸ ਗੱਲ ਦਾ ਜਵਾਬ ਦਿਓ ਵੀ ਤੁਸੀਂ ਖਿਡਾਰੀਆਂ ਨੂੰ ਕਿੱਥੋਂ ਤੱਕ ਤਿਆਰ ਕੀਤਾ, 0 ਲੈਵਲ ਤੋਂ ਕੋਈ ਖਿਡਾਰੀ ਕਿਸੇ ਕੋਚ ਨੇ ਤਿਆਰ ਕੀਤਾ, ਇਸ ਗੱਲ ਦਾ ਜਵਾਬ ਦਿਓ ਸਾਨੂੰ। ਫੈਡਰੇਸ਼ਨ ਅਤੇ ਖਿਡਾਰੀਆਂ ਦੇ ਭਵਿੱਖ ਲਈ ਤੁਸੀਂ ਕੀ ਕੀਤਾ ਇਹਦਾ ਵੀ ਜਵਾਬ ਦਿਓ ਸਾਨੂੰ। ਇਹ ਨਹੀਂ ਵੀ ਕੁਰਸੀਆਂ 'ਤੇ ਬਹਿ ਗਏ ਅਤੇ ਜਿਹੜੇ ਫੈਸਲੇ ਕਰਤੇ ਲਾਗੂ ਕਰਤੇ। ਲਓ ਦੇਖਣਾ ਵੀ ਇਸ ਵੇਲੇ ਖੇਡ ਮੈਦਾਨ ਵਿੱਚ ਪੁਆਇੰਟ ਜਿਹੜਾ ਕਾਲੋਕੇ ਦੀ ਟੀਮ ਦਲੀ ਹੈ, ਮੈਂ ਇੱਥੇ ਮੇਰਾ ਵੀਰ ਬੁੱਢਾ ਅਮਰੀਆ ਨਹੀਂ ਲਓ ਕਾਲੋਕੇ ਦੀ ਟੀਮ ਜਿੱਥੋਂ ਦਾ ਡਾਕਟਰ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਜੀਤੇ ਦੀ ਪਾਈ ਰੇਡ ਨੰਬਰਦਾਰਾਂ ਦਾ ਮੁੰਡਾ ਜਿਵੇਂ ਕਹਿ ਲਈਏ, ਆਪਾਂ ਖੇਡ ਮੈਦਾਨ ਵਿੱਚ ਤੱਕ ਰਹੇ ਹਾਂ। ਮੇਰੀ ਬੇਨਤੀ ਇਸ ਤੋਂ ਅਗਲਾ ਮੈਚ ਹਰ ਰਾਏਪੁਰ ਤੇ ਬਾਬਾ ਕਬੱਡੀ ਕਲੱਬ ਸ਼ੂਸ਼ਕ, ਇਹ ਟੀਮਾਂ ਜਿੱਥੇ ਮੇਰੀ ਆਵਾਜ਼ ਨੂੰ ਸੁਣਦੀਆਂ ਖੇਡ ਮੈਦਾਨ ਦੇ ਵੱਲ ਪੁੱਜ ਜਾਣ। ਕੋਟ ਸੁਖੀਆ ਤੇ ਦੋਦਾ ਜੀ, ਐਂਦਗੜ ਤੇ ਲੰਡੇ, ਜਿਹੜੀ ਟੀਮ ਇਸ ਮੈਚ ਦੇ ਵਿੱਚੋਂ ਜਿੱਤ ਗਈ ਉਹਦਾ ਮੈਚ ਵਕੀਲਾਂ ਵਾਲੇ ਨਾਲ ਹੈ। ਉਸ ਤੋਂ ਬਾਅਦ ਚੋਲਾ ਸਾਹਿਬ ਤੇ ਸਰਾਵਾ, ਹਿੰਮਤਪੁਰਾ ਤੇ ਖੋਸਾ ਰਣਧੀਰ, ਇਹ ਟੀਮਾਂ ਜਿਹੜੀਆਂ ਤਿਆਰੀ ਕਰ ਲੈਣ। ਫੱਕਰ ਝੰਡਾ ਤੇ ਮਾਲੇ ਨੂੰ ਜਿਹੜੀ 22 ਆ ਜੀ ਟੀਮਾਂ ਨੋਟ ਕਰ ਲੈਣ। ਫੱਕਰ ਝੰਡੇ ਤੇ ਮਾਲੇ ਨੂੰ 22 ਆ ਟੀਮਾਂ ਨੋਟ ਕਰ ਲੈਣ ਸਾਰੀਆਂ, ਕਿਰਪਾ ਕਰਕੇ ਇਹਨਾਂ ਮੇਰੀ ਟੀਮਾਂ ਨੂੰ ਬੇਨਤੀ ਹੈ। ਲਓ ਕੋਟ ਕਰੋੜ ਦੀ ਧਰਤੀ ਦਾ ਨੌਜਵਾਨ ਜਿਹੜਾ ਖਿਡਾਰੀ ਕਹਿੰਦੇ ਨਿੱਕੀ ਉਮਰੇ ਇੰਗਲੈਂਡ ਕਬੱਡੀ ਖੇਡ ਕੇ ਆਇਆ, ਲਓ ਗੀਤੇ ਦੇ ਪਿੰਡ ਦਾ ਗੱਭਰੂ ਕਿ ਜਾਫੀਆਂ 'ਚੋਂ ਜਾਫੀ ਕੀਤਾ ਕੋਟ ਕਰੋੜ ਦਾ, ਲੱਗੇ ਨਾ ਅੰਦਾਜ਼ਾ ਬੁੱਗੀ ਪੁਰੀਏ ਦੇ ਜ਼ੋਰ ਦਾ। ਕਾਲੋਕੇ ਪਿੰਡ ਪੂਰੀ ਦੁਨੀਆਂ ਵਿੱਚ ਮਸ਼ਹੂਰ ਮੇਰੇ ਵੀਰੋ, ਰਾਮਪੁਰੇ ਫੂਲ ਦੇ ਏਰੀਏ ਦੀਆਂ ਗੱਲਾਂ ਦੁਨੀਆਂ ਮਾਣ ਕਰਦੀ ਹੈ ਕਬੱਡੀ ਦੇ ਗਰਾਊਂਡ ਵਿੱਚ। ਲਓ ਦੇਖੋ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਵੀ, ਸਾਡਾ ਮੇਰਾ ਵੀਰ ਸੁੱਖਾ ਸ਼ੂਸ਼ਕ ਵਾਲਾ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਕਬੱਡੀ ਦਾ ਸਟਾਰ ਹੈ, ਉਸ ਵੀਰ ਨੂੰ ਮੇਰੀ ਬੇਨਤੀ ਆਪਣੀ ਟੀਮ ਲੈ ਕੇ ਖੇਡ ਮੈਦਾਨ ਦੇ ਵੱਲ ਆ ਨੌਜਵਾਨਾਂ। ਨਾਲ ਹੀ ਮੇਰਾ ਸੱਦਾ ਆਊਗਾ ਹਰ ਰਾਏਪੁਰ, ਕੋਟ ਸੁਖੀਆ ਤੇ ਦੋਦਾ, ਲੰਡੇ ਤੇ ਅੰਦਗੜ, ਜਿਹੜੀ ਟੀਮ ਜਿੱਤੂਗੀ ਵਕੀਲਾਂ ਵਾਲੇ ਨਾਲ ਖੇਡੂਗੀ, ਚੋਲਾ ਸਾਹਿਬ ਤੇ ਸਰਾਵਾਂ, ਹਿੰਮਤਪੁਰਾ ਤੇ ਖੋਸਾ ਰਣਧੀਰ। ਉਧਰਲੇ ਪਾਸੇ ਸੁਖਪ੍ਰੀਤ ਆਖਦਾ ਕਿ ਉਹਦੀ ਜ਼ਿੰਦਗੀ ਦਾ ਪਰਮ ਮਿੱਤਰ ਹੈ ਮੇਰੀ ਵੀਰੋ, ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਅੰਮ੍ਰਿਤਪਾਲ ਕੈਨੇਡਾ ਵਾਲਾ, ਜਿੱਥੇ ਆਖਦਾ ਵੀ ਅਗਲੇ ਸਾਲ ਕੁੱਤਿਆਂ ਦੀਆਂ ਦੌੜਾਂ ਦਾ ਪਹਿਲਾ ਇਨਾਮ ਮੇਰੀ ਵੀਰੋ ਅੰਮ੍ਰਿਤਪਾਲ ਵੱਲੋਂ ਦਿੱਤਾ ਜਾਵੇਗਾ। ਸੁਖਪ੍ਰੀਤ ਦੇ ਕਹਿੰਦੇ ਵੀ ਮਿੱਤਰ ਵੱਲੋਂ ਅੰਮ੍ਰਿਤਪਾਲ ਗਿੱਲ ਜੀ ਕੈਨੇਡਾ ਵਾਲੇ, ਉਹਨਾਂ ਵੱਲੋਂ ਅਗਲੇ ਸਾਲ ਮੇਰੀ ਵੀਰੋ ਕੁੱਤਿਆਂ ਦੀਆਂ ਦੌੜਾਂ ਦਾ ਪਹਿਲਾ ਇਨਾਮ ਦਿੱਤਾ ਜਾਊਗਾ। ਪਰਮਾਤਮਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤੱਕੀ ਬਖਸ਼ੇ, ਜਿਹੜੇ ਮੇਰੀ ਵੀਰੋ ਅਗਲੇ ਸਾਲ ਦੀਆਂ ਖੇਡਾਂ ਲਈ ਆਪਣਾ ਸਹਿਯੋਗ ਅਨਾਊਂਸ ਕਰਾ ਰਹੇ ਹੈ, ਵੱਡਾ ਧੰਨਵਾਦ। ਰਾਜਾ ਕਬੱਡੀ ਖਿਡਾਰੀ ਪੱਕੀ ਕਲਾਂ ਵਾਲਾ ਆਖਦਾ ਵੀ ਅਗਲੇ ਸਾਲ ਦੇ ਕਬੱਡੀ ਖੇਡ ਮੇਲੇ ਦੇ ਲਈ 15,000 ਰੁਪਈਆ ਦਿੱਤਾ ਜਾਣਾ, ਇਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਮੇਰੀ ਵੀਰੋ। ਰਾਜਾ ਕਬੱਡੀ ਖਿਡਾਰੀ ਪੱਕੀ ਕਲਾਂ ਜਿੱਥੇ ਸਾਡੀ ਟੂਰਨਾਮੈਂਟ ਕਮੇਟੀ ਦੇ ਨਾਲ ਵੀ ਆਪਣਾ ਮੇਰੀ ਵੀਰੋ ਸਹਿਯੋਗ ਕਰ ਰਿਹਾ ਹੈ ਬਤੌਰ ਮੈਂਬਰ, ਉੱਥੇ ਨਾਂ ਰੱਖ ਲੈ, ਖੇਡਾਂ ਦੇ ਲਈ 15,000 ਰੁਪਏ ਦਾ ਯੋਗਦਾਨ ਦੇਵਾਂਗੇ। ਰਾਜਾ ਕਬੱਡੀ ਖਿਡਾਰੀ ਪੱਕੀ ਕਲਾਂ ਵੱਡਾ ਧੰਨਵਾਦ। ਉੱਧਰ ਮੇਰੀ ਜ਼ਿੰਦਗੀ ਦਾ ਬਹੁਤ ਹੀ ਸਤਿਕਾਰਯੋਗ ਸੰਤੂ ਮੇਰੀ ਵੀਰੋ ਮਾੜੀ ਵਾਲਾ ਵਿਸ਼ੇਸ਼ ਤੌਰ 'ਤੇ ਇਸ ਕਬੱਡੀ ਖੇਡ ਮੇਲੇ ਦੇ ਵਿੱਚ ਪੁੱਜਿਆ ਹੋਇਆ, ਉਹਦਾ ਵੀ ਅਸੀਂ ਜੀ ਆਇਆਂ ਨੂੰ ਆਖਾਂਗੇ ਨਿੱਘਾ ਸਵਾਗਤ ਕਰਾਂਗੇ। ਜਿੱਥੇ ਕਹਿੰਦੇ ਵੀ ਮਾੜੀ ਵਾਲੇ ਸਿਕੰਦਰ ਦੇ ਨਾਲ ਭਾਈਆਂ ਵਾਲਾ ਪਿਆਰ ਹੈ, ਕਬੱਡੀ ਦੇ ਸੁਪਰ ਸਟਾਰਾਂ ਦੇ ਨਾਲ ਕਹਿੰਦੇ ਭਾਈਆਂ ਵਾਲਾ ਪਿਆਰ ਹੈ, ਸੰਤੂ ਮਾੜੀ ਵਾਲਾ ਵਿਸ਼ੇਸ਼ ਤੌਰ 'ਤੇ ਪੁੱਜਿਆ ਹੋਇਆ, ਜੀ ਆਇਆਂ ਨੂੰ ਆਖਦਾ ਲੈ ਵੀ ਸੰਤੂ ਇਹ ਗੱਲਾਂ ਸੱਚੀਆਂ, ਬਾਕੀ ਕਿਸੇ ਫੈਡਰੇਸ਼ਨ ਨੇ ਕਿਸੇ ਖਿਡਾਰੀ ਦਾ ਕੁਛ ਨਹੀਂ ਸਵਾਰਿਆ। ਲਓ ਸਾਹਮਣੇ ਦੇਖ ਲਾ ਵੀ ਪੁਆਇੰਟ ਜਿਹੜਾ ਧਾਵੀਦਾ, ਕਿਉਂਕਿ ਆਪਾਂ ਰੌਲਾ ਤਾਂ ਪਾ ਦਿੰਦੇ ਹਾਂ, ਖਿਡਾਰੀ ਨਸ਼ਾ ਕਰਦੇ ਥੋੜੇ ਹੁੰਦੇ ਆ, ਬਦਨਾਮ ਸਾਰੇ ਹੁੰਦੇ ਆ। ਤੇ ਜ਼ਰੂਰੀ ਆ ਖਿਡਾਰੀਆਂ ਨੂੰ ਪੁੱਛੋ ਪਰਸਨਲ ਤੌਰ 'ਤੇ ਵੀ ਤੁਹਾਡੀਆਂ ਕੀ ਸਮੱਸਿਆਵਾਂ, ਆਪਾਂ ਤੁਹਾਡੀ ਸਮੱਸਿਆ ਨੂੰ ਹੱਲ ਕਰੀਏ, ਤੁਸੀਂ ਕਿਉਂ ਨਸ਼ਾ ਕਰਦੇ ਹੋ, ਕੀ ਕਾਰਨ ਹੈ, ਇਹ ਵੀ ਪੁੱਛਣਾ ਜ਼ਰੂਰੀ ਹੈ। ਐਵੇਂ ਨਹੀਂ ਢੋਲ ਵਜਾ ਕੇ ਸਾਰੇ ਖਿਡਾਰੀਆਂ ਨੂੰ ਮੇਰੀ ਵੀਰੋ ਬਦਨਾਮ ਕਰ ਜਾਂਦੇ ਹੋ, ਐਵੇਂ ਨਹੀਂ, ਇਹ ਚੀਜ਼ਾਂ ਜਿਹੜੀਆਂ ਬਦਨਾਮ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰ ਬੰਦਾ ਮੇਰੀ ਵੀਰੋ ਆਪਾਂ ਇਕੱਲੇ ਖਿਡਾਰੀ ਨਹੀਂ, ਗਰਾਊਂਡ ਦੇ ਦਾਇਰੇ ਦੇ ਬਹੁਤ ਸਾਰੇ ਦਰਸ਼ਕ ਖੜ੍ਹੇ ਹੋਣਗੇ ਜਿਹੜੇ ਡੇਲੀ ਪੈਗ ਲਾ ਕੇ ਪੀਂਦੇ ਹੋਣਗੇ, ਬਹੁਤ ਸਾਰੇ ਦਰਸ਼ਕ ਇਹੋ ਜਿਹੇ ਵੀ ਖੜ੍ਹੇ ਹੋਣਗੇ ਜਿਹੜੇ ਸੈਕਟ ਪੀਂਦੇ ਹੋਣਗੇ, ਜਰਦਾ ਲਾਉਂਦੇ ਹੋਣਗੇ, ਬਹੁਤ ਸਾਰੇ ਲੋਕ ਗਰਾਊਂਡ ਦੇ ਦਾਇਰੇ 'ਤੇ ਇੱਦਾਂ ਦੇ ਵੀ ਖੜ੍ਹੇ ਹੁੰਦੇ ਆ ਜਿਹੜੇ ਆਪਣੇ ਮਜ਼ਦੂਰ ਨੂੰ ਖੇਤ ਕੰਮ ਕਰਾਉਣ ਵਾਸਤੇ ਭੁੱਕੀ ਖਵਾਉਂਦੇ ਹੋਣਗੇ, ਫੀਮ ਖਵਾਉਂਦੇ ਹੋਣਗੇ, ਗੋਲੀਆਂ ਖਵਾਉਂਦੇ ਹੋਣਗੇ, ਕੈਪਸੂਲ ਖਵਾਉਂਦੇ ਹੋਣਗੇ, ਅਤੇ ਗੱਲ ਇਕੱਲੇ ਖਿਡਾਰੀ ਬਦਨਾਮ ਕਿਉਂ ਹੁੰਦੇ ਆ, ਖਿਡਾਰੀ ਵੀ ਤਾਂ ਫਿਰ ਡੇਲੀ ਮੈਚ ਖੇਡਦੇ ਆ, ਇਹਨਾਂ ਨੂੰ ਵੀ ਤਾਂ ਫਿਰ ਐਨਰਜੀ ਚਾਹੀਦੀ ਹੈ ਮੇਰੀ ਵੀਰੋ। ਜੇ ਇੱਕ ਮਜ਼ਦੂਰ ਕਿਸੇ ਦੇ ਖੇਤ ਵਿੱਚ ਕੰਮ ਕਰਨ ਦੇ ਲਈ ਗੋਲੀਆਂ ਖਾਂਦਾ, ਡੋਡੇ ਖਾਂਦਾ, ਫੀਮ ਖਾਂਦਾ, ਫਿਰ ਇਹ ਵੀ ਆਪਣਾ ਰਾਹ ਅਪਣਾਉਂਦੇ ਆ ਮੇਰੀ ਵੀਰੋ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 8 ਕਰੋੜ ਰੁਪਏ ਦੀ ਸ਼ਰਾਬ ਵਿਕਦੀ ਹੈ,
एक दिन तुसी सारे वीर जिहड़े पैग लाउंदे एक दिन जे सारे पंजाब दे वीर मेरी वीरो शराब बंद कर दें ते पंजाब नूं 8 करोड़ दा फायदा होना है, पंजाब नूं 8 करोड़ दा फायदा होना है। ये बादल नहीं पियांदा किसे नूं मेरे वीरो, जे असी पीने आ तां शराब बिकदी है, जे असी पीनी बंद कर देंगे शराब आप ही बंद हो जूगी। जे असी अपने आप नूं चेंज कर लिया ते जमाना चेंज हो जूगा, तुसी वधिया सरकारां भी चुन सकदे हो। बादल साहब किसे दे मूंह च नहीं पाउंदे, आ दबड़ी खाने वाले ने कोई नशा नहीं टच किया, किसे ने मेरे मूंह दे विच आके नशा धक्के नाल नहीं पाया भी दबड़ी खाने वाला नशा खा, शराब पी जा, डोडे खा जा, फीम का बंदा आप खांदा। जिहड़ी चीज नूं तुसी खाओगे उहदी डिमांड वधूगी, उह एवें नहीं बार्डर क्रॉस करके आउंदी। आपां कहिंदे ने भी पाकिस्तान तों आ गई, पाकिस्तान क्यों बदनाम है, वह तो बई सही है, वह बिजनेस कर रहे हैं। जे असी खाने हैं तो उन्होंने बिजनेस चलता, पाकिस्तान के बहुत सारे घर के चूल्हे तपते हैं, ये बिजनेस है। तुसी अपने आप नूं चेंज करो, किसी दफवाहों के ना हो, खिलाड़ियों का दिल नहीं करता किसी के पुत्र अपनी बॉडी खराब करना, यह स्टी राड खाना किसी का जी नहीं करता। परमात्मा ने बहुत सोहनी जी दिख दी इंसान, दुनिया के एको चीज जी खूबसूरत बनी है इंसान, तो कौन चाहूगा भी इस खूबसूरत इंसान को इस शरीर को मिटाना चाहूगा। कोई ना कोई तो समस्या होगी खिलाड़ी की, कोई ना कोई प्रॉब्लम तो होगी खिलाड़ी। मेरे वीरो खिलाड़ियों निजी तौर पर पूछो भी थोनू की प्रॉब्लम है, क्यों खाने हो, क्यों नशा करते हो, जे करते हो तो इन्हों प्यार हैंडल करो, एवें ढोल बजा के खिलाड़ियों बदनाम ना करो। नशा हर कोई बंदा करता, चाह का भी नशा है, लस्सी का भी नशा है, दुध का भी नशा है, घ्यो का भी नशा है। मेरी वीरो नशा तो नशा ही है, भगती का भी नशा, लंगोटे का भी नशा। मेरी वीरो नशा हर एक चीज़ कह जाता, जो शौक बन जाता ना वो नशा ही होंगे। एवें ना खिडारियों बदनाम करी जाया करो, मेरी बेनती है खिडारियों साथ दो। खिडारियों का 4-4, 5-5 हज़ार रुपया खर्च होंगे, तो मैं पहला भी तुहानू ये गल कही सी भी तुसी जिहड़ा बंदा कहिंदा खिडारी नशा करते हैं वह अपने घर एक खिलाड़ी पैदा करके दिखावे। मैनू फिर गल करो भी खिलाड़ी नशा करते, अपने घर एक खिलाड़ी पैदा करके दिखाओ, फिर पता लगू भी खिलाड़ी किवें पैदा हुंदा। सो नाल ही मेरा वीर कुलदीप राइयां वाला जिहड़ा ग्राउंड विच आ जावे, सुखप्रीत दे चाचा जी आखदे भी 1100 रुपया उन्हां वल्लों कुत्तियां दीआं दौड़ां वास्ते जिहड़ा अगले साल दे टूरनामेंट वास्ते दिता जाऊगा। इन्हां दा बड़ा धन्नवाद है, सुखप्रीत दे चाचा जी आखदे भी अगले साल के टूरनामेंट वास्ते 1100 रुपया इन्हां वल्लों दिता जाएगा। कुलदीप राइयां वाला अगली जिहड़ी बोलां दी सांझ पाउणगे, प्लीज़ ग्राउंड आ जाण। कुलदीप राइयां वाला मेरा छोटा वीर जिथे भी आवाज सुनदा खेड ग्राउंड पहुंचे। लो रायपुर की धरती का गुरबाज सिंह नौजवान कबड्डी पा रहा है, लै भी फोलिया सवाल आ जाए, फोलिया सवाल आ जाए नौजवान, आखो एक बंदे गुरबाज के बाज वांगू उड जाईदा टिच करके नहीं यारो खब्बी खान के यार जो कौडी पाते फिर ताड़िया ना गोविंदा मैदान। 13 ते 14 जी तरीक है वह मेरे वीरियो झंडे की धरती से रौनक लगनी है, रवि के पिंड रौनक लगनी है, लै भी राजा वाले है आ जा नौजवान है खेड मैदान में, एक बंदे बहादुर ते दूसरे बंदे देखो मेरे वीरियो ये खेड मैदान बड़ा तगड़ा जिहड़ा मुकाबला खेडा जा रहा है। इस तो बाद कोट सुखिया वरसी दोदे की जिहड़ी टीम है तैयारी करके ग्राउंड में आ जाए, चंडगढ़ के लंडे वकीलां वाला कालों के चोला साहब के सरावां हेमंतपुरा खोसर धीर का मैच आ जी, ये टीमां जिहड़ियां नोट कर लैन कृपा करके। आखिर मैदान में देखो मेरे वीरियो थूले की कोशिश है इतने रखने रीसा नौजवान है सुखिया बाकी मेहनत लगी है, पता नहीं मुंडे के शरीर में की भरया है इन्ना करंट है। अगली जी कबड्डी है रीत शूशक वाला है, कहते जिथों का बाबा जिस एरिए पुट्टो पढ़ाने वाला उधरले बने जिस एरिए जगमीत कनेडा पक्के तौर पर बस गया है, लो देखो खेड मैदान उस एरिए नौजवान रीत छिड़ाई बा छिड़ाया गुट और जाना भजया नौजवान चल भी गुरबाज सिंह पा भी कबड्डी नौजवान कि कर अंबी नूं चेते दुनिया पब्बा मार दी कि यारा विच मसाल है केवल ते तलवार दी काट नहीं पूरी होनी पुट्टो वर्गे यार दी। लै भी कुलदीप कर गल मुंडे दी पाई हुई कबड्डी दी, लो इधरले पासे खेड दे मैदान में आप देखिए गुरबाज सिंह कबड्डी पा रहा है, उधरले पासे चौहान जाफियां दा लग्या होया छट ते दूसरे पासे देखदे आ पॉइंट गुरबाज सिंह अपनी टीम दे लई जुड़दा होया। लो रवि नाम है इस कबड्डी दे खिलाड़ी दा, झंडियाला पछमी पिंड है मेरे वीरो
लो देखते कबड्डी पाउन दे लई खेड मैदान दे विच वाधा होया कि रोटी जी ने कदे नहीं खाधी चार ते गंडे नाल पित निकली तो टुई नहीं रगड़ी वान दे मंजे नाल जबर जुलम नूं सह के जोत ते बागी नहीं हुंदा बेछक रहे पंजाब च ओ पंजाबी नहीं हुंदा ओ पंजाबी नहीं हुंदा मैच बहुत वधिया खेडे जा रहे ने कबड्डी ओपन दीआं नामवर टीमां पुज्जीआं ते पिंड पक्खी कलां दी धरती धन धन बाबा कान पीर जी दी निग्गी ते मिठी याद नूं समर्पित मेरे वीरो चलदा होया तीसरा कबड्डी कप अमिंट जादा नूं छड़दा जा रहा है इधरले पासे पाई हुई गभरू की कबड्डी ते दूसरे पासे चौहान दे विचों कौण वध के ट्राई करदा लो रे खेड मैदान दे अंदर मुकाबला सख्त हो गया दोनों खिलाड़ियों के दरमियान पर इधरले पासे दुनिया का जरवाना जाफी मेरे कबड्डी के ग्राउंड सुखा शूज बनती धरती नौजवान है यह नौजवान कहते पंजाबी भी एमए करी फिरता है सोचा भी मास्टर बनेंगे पर परमात्मा ने कबड्डी चपेड़े लिखते है खांदा भी है मारदा भी बहुत है पर कहते कबड्डी का स्टार है लवी सुखे है स्वाद लिया नौजवान है उधरले बने रीत नौजवान कबड्डी पा रहा है मेहर करी है दादिया हर पल दुनिया सारी ते हक गरीबा वाले कदे भी तगड़े दबर ना दालत खा मारे ना कोई भाई भाई धीया वाली लाशा झाड़िया लभना खेम करन तो पाकिस्तान जाइए टांगे ते लोड़ पवे ना पासपोर्ट की बार्डर लंघन नू होली भावे साल च चौथी वारी आ जाए पर कोई किसी का खून ना डोले धरती रंगन यह मेरे पंजाब इस सारी दुनिया के उपर उस अकाल पुरख वाहिगुरु की मेहर रवे लो खेड मैदान नौजवान गुरबाज कबड्डी पा रहा है तलवंडी वाले गगने की कहते झंडी पंजाब कनेडा के मैदान भी कहते गड्ढे है लो देखो खेड मैदान यह नौजवान तलवंडी वाला आखो खेड मैदान कोशिश कर रहा है तो पॉइंट रेडर दे से जुड़ता होया है चल भी नौजवान है अगली रेड आप तकेंगे रवि झंडिया इस तो बाद सदा मेरा कोट सुगिया के दोधे की टीम है ग्राउंड के वाल आ जाओ मेरे वीर लंडे ते अंधगढ़ नाल ही साडा वीर सुखा शूशक प्रबंध कमेटी के वालों इस कबड्डी के महान याफी का मान सम्मान होगा सुखे शूशक का दुनिया का मनिया परमनिया कबड्डी का स्टार वह मान सम्मान किया जाऊगा नाल ही मेरी बेनती कोट सुगिया के दोधे का बड़ा मैच तगड़ा होना है क्योंकि खून डोल डोल के पगाते यारियां मार मार गप्पा रातां बैठ के यारियां किसे पिछे लग यार कर बैठा माड़ी चुक चंदरी करा गई कारा कि मित्रां च खड़क पई हुण सुन के जावी सरदारा आ चढ़ गया पैंदी पुली दे पटा ए सुखा पैंदी पुली दे पटा 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 चढ़ गया आ वेखो इत्थे रख हुर हुर मारो ताड़ी मेरे वीरो इहनूं कहिंदे आ शूशक पिंडा कहिंदे ढा लैंदा तावी नूं हाथ पाता नहीं वो सुखा चेटी का जैफी है लोग कह शूशक का सुखा है आए मुंडा कहते पटाकों वाली मशीन दे एरिए का लै भी कुलदीप राइया वाले है रीत की पाई से कबड्डी की कर गल नौजवाना लव इधरले पासे रीत शूशक की धरती का बद कबड्डी पाता होया नौजवान इधरले पासे शिंदा गिल जी आखते हैं उन्होंने वालों 15,000 रुपया आने वाले कबड्डी टूरनामेंट के लिए होगा दीपा गिल जी 5,500 रुपए दीप गिल जी 5,500 रुपए दीप दीपा बराड़ जी 5,500 रुपए जस्सा गिल जी 2,100 रुपए रंजीत रंजीत इंग्लैंड 3,300 रुपया उन्होंने नाल जंटा जी 5,500 रुपए दलजीत गिल जी 2,100 रुपया उन्होंने नाल आप धन्यवाद करा हरगुण बराड़ जो कि साढ़े प्रधान साहब के सारा साहब ने कनेडा के बैठे ने 8,100 रुपया उन्होंने वालों होगा जौना गिल जी 4,100 रुपए नाल ही स्वर्गवास इंद्रजीत सिंह जी गिल बिजली वाले उन्होंने परिवार के वालों भी 15,000 रुपया दिता जाएगा इधर टूरनामेंट प्रबंधक कमेटी के वालों सुखे शूशक वाले का जिहड़ा विशेष मान सम्मान किया जा रहा टूरनामेंट प्रबंधक कमेटी के वालों कोट सुखिया ते दोता दोने टीम खेड मैदान के अंदर पुजनगियां कोट सुखिया वर्सेज दोता नीला कबड्डी खिलाड़ी भी आखदा अगले साल 4,100 रुपया देगा आने वाले कबड्डी टूरनामेंट के लिए नीला कबड्डी खिलाड़ी इधर सुखे शूशक वाले का मान सम्मान किया टूरनामेंट प्रबंधक कमेटी ने अगले मैच दिया दोनों टीमों मैं बेनती करांगा कोट सुखिया ते दोता दोहे टीम सेंटर लाइन ते पुजन ਕੋਈ ਵਾਰ ਡਰ ਨਹੀਂ ਆ
हाँ जी कोट सुखिया वर्ष है दोता इन टीमों के दरमियान खेड मैदान के अंदर मुकाबला जिहड़ा शुरू हो जा रहा है। हेलो हाँ जी नाल ही टीम नोट कर लो शूष्क की टीम जिहड़ी जित गई है दोता दे कोट सुखिया अहमदगढ़ के लंडे वकीलों वाला के कालों के सरावान के चोला साहब हिमतपुरा के खोसा रणधीर फत्तर झंडा के माला बाई दे असीं जेतू पा के अगलिया टाइया कटन लगे हैं जे किसी टीम को कोई गिला शिकवा दो मिनट तो पहला पहला साढ़े को आ जाओ ये नोट कर लो शूष्क जित गई है कोट सुखिया दोदे चो जेतू पाउणी है अहमदगढ़ के लंडिया चो जेतू पाउण लगे हैं वकीलों वाला के कालों के तो जेतू पाउण लगे हैं चोला साहब के सरावान चो जेतू पाउण लगे हैं हिमतपुरा के खोसर धीर तो जेतू पाउण लगे हैं माला के फत्तर झंडे नूं बाई आ सिकंदर थोड़ा नोट कर लियो असीं जेतू पा के टाइया कटन लगे हैं जे किसी टीम को कोई गिला शिकवा तो साड़ी टेक्निकल स्टेट पर आ जाए। हैलो लो खेल के मैदान बहुत तगड़ा मैच खेडा जाना दोनों टीम दरमियान जिहड़ी टीम कोट सुखी दी है मेरे पंजाबी वीर वो टीम इधर पिंड वाली साइड दूसरे पासे टीम दोधे की पुजी हुई है यह नौजवान कहिंदे दो नैनो गड्डियां ते मेरी वीर सैंती मोटरसाइकलों का जेतू है सिकंदर माणी वाला संतू का यार बहुत तगड़े पॉइंट का वादा करता हुआ अपनी टीम के लिए यह नौजवान जसकर सिंह बराड कबड्डी पाने लिए वादा हुआ कोट सुखिए की धरती का ल बराड़ा का पुत पूरा नाम जसकर सिंह पर कहते बराड कबड्डी पाने लिए बढ़िया हुआ एक पास काला दोदे वाला यह भी बड़ा कैम जाफी आ लो फड़िया या गुट लो मुकाबला सख्त खेड के मैदान काला दोदे वाला ट्राई करता पॉइंट तावीर हाँ जी कुलदीप राइया वाला लो लखा मेरे वीर अगली कबड्डी पाने लिए वाधा होया पानी वाले वीर नूं बेनती है जेड़े वीर की ड्यूटी लगी है वह पानी लैके खेड मैदान के पुज जाए लखा नाम धर्मकोट पिंड है इस कबड्डी के खिलाड़ी का लो पाई हुई कबड्डी उधर देखते निम्मा ट्राई करता जा फिर राजे दीआं पाला कोई वक्री जी गल करता पर इधरले पासे लखा धर्मकोट का पॉइंट जिहड़ा इस वेले जुड़ता होया दोधे की टीम के लिए लो करमा नाम इस कबड्डी के खिलाड़ी का लोहाम पिंड है मेरे वीरो पहली बार कबड्डी 70 किलो भार वर्ग के विच आ नौजवान कहिंदे कनेडा की धरती से खेडिया करमे लोहामा वाले की पाई हुई कबड्डी उधर कहिंदे बलदेव सिंह घोड़ा दोते वाला लग्या टुट के सीपा आखदा जिन्ने भी जफे लावेगा घोड़ा 500 रुपया देके वड्डा मान सम्मान करांगा इधरले पासे लग्या होया जोर रख्या धान ते हाथ ते पॉइंट इधरले पासे कौर सिंह जी मचाकी मल सिंह वाले ने इशारा करता पॉइंट जिहड़ा जुड़ता होया दोते दी टीम दे हिस्सी लो खेड़ दे मैदान दे विच सिकंदर माणी वाला मेरे वीर पांदा जो रेड फिर बजदी है ताली बई जंगियां ने नाल यार पक्की दिहाड़ी भी ते नाम है सिकंदर ते पिंड लोको माणी बई मुंडा कहदा लोको इहदा सरे दा खिडारी बई लो जेटो वाला पाऊ फैसला करदा बे नंबर 22 दा इधर हल्के जी सट लगी आ रब अगर अरदास कर दे भी किसे खिडारी दे सट फेड़ ना लगे बेनती है कोई डॉक्टर से बाहर आओ